ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਤੁਹਾਡੀ ਆਵਾਜ਼, ਤੁਹਾਡਾ ਆਪਣਾ ਨਿਊਜ਼ ਲਾਈਨ। ਇਸ ਵੀਡੀਓ ਨੂੰ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਪੰਜਾਬ ਦੀ ਇੱਕੋ ਇੱਕ ਮਾਡਲ ਸ਼ਹਿਨਾਜ਼ ਗਿੱਲ, ਜੋ ਅੱਜ ਕੱਲ ਬਿਗ ਬੌਸ ਵਿੱਚ ਹੈ। ਸ਼ਹਿਨਾਜ਼ ਨੂੰ ਛੋਟੀ ਉਮਰ ਤੋਂ ਹੀ ਮਾਡਲ ਬਣਨ ਦਾ ਸ਼ੌਂਕ ਸੀ, ਜਿਸ ਸ਼ੌਂਕ ਦੇ ਚੱਲਦਿਆਂ ਸ਼ਹਿਨਾਜ਼ ਦਾ ਪੜ੍ਹਾਈ ਵੱਲ ਬਹੁਤ ਘੱਟ ਧਿਆਨ ਸੀ ਤੇ ਸ਼ਹਿਨਾਜ਼ ਸਾਰਾ ਦਿਨ ਪੰਜਾਬੀ ਗੀਤਾਂ ਦੀਆਂ ਵੀਡੀਓਜ਼ ਦੇਖਦੀ ਰਹਿੰਦੀ ਸੀ ਤੇ ਉਸਦੇ ਘਰਦਿਆਂ ਨੂੰ ਇਹ ਬਿਲਕੁਲ ਪਸੰਦ ਨਹੀਂ ਸੀ। ਇਸ ਕਰਕੇ ਸ਼ਹਿਨਾਜ਼ ਨੂੰ ਇੱਕ ਵਾਰ ਉਸਦੇ ਮਾਮਾ ਜੀ ਨੇ ਬਹੁਤ ਕੁੱਟਿਆ, ਪਰ ਉਹ ਫਿਰ ਵੀ ਅਜਿਹਾ ਕਰਨੋਂ ਨਾ ਹਟੀ ਤਾਂ ਉਸਦੇ ਘਰਦਿਆਂ ਨੇ ਉਸਨੂੰ ਘਰੋਂ ਬਾਹਰ ਕੱਢ ਦਿੱਤਾ, ਜਿਸ ਤੋਂ ਬਾਅਦ ਉਸਨੇ ਹਾਰ ਨਹੀਂ ਸੀ ਮੰਨੀ। ਆਪਣੇ ਮਿਹਨਤ ਉਦਮ ਦੇ ਸਦਕਾ ਅੱਜ ਉਹ ਬਿਗ ਬੌਸ ਵਿੱਚ ਪਹੁੰਚ ਚੁੱਕੀ ਹੈ ਤੇ ਪੰਜਾਬ ਦਾ ਨਾਮ ਵੀ ਰੋਸ਼ਨ ਕਰ ਰਹੀ ਹੈ। ਤਾਂ ਸਾਰੇ ਲੜਕੀਆਂ ਚੁਗਲੀ, ਮੈਂ ਵੀ ਲੜਕੀ ਹੈ, ਚੁਗਲੀ ਕਰਦੀ। ਇਹ ਵਹਾਂ ਪੇ ਰੱਖ ਦੇਣਾ, ਠੀਕ ਹੈ, ਵਹਾਂ ਸੇ ਉਠਾ। ਡਰਾ ਤੋ ਨਹੀਂ ਕੋਈ? ਹਾਂ, ਡਰਾ ਤੋ ਨਹੀਂ ਮੈਂ? ਨਹੀਂ, ਉਨਮੇ ਸੇ ਕੋਈ ਚੁਗਲੀ? ਤੇਰੇ ਤੇਰੇ ਸੇ? ਨਹੀਂ, ਸਭੀ ਹੱਸ ਰਹੇ ਥੇ। ਇਸ ਤਰ੍ਹਾਂ ਸਾਨੂੰ ਵੀ ਸਿੱਖਿਆ ਮਿਲਦੀ ਹੈ ਕਿ ਅਸੀਂ ਜੇਕਰ ਕੋਈ ਕੰਮ ਕਰ ਰਹੇ ਹਾਂ ਤਾਂ ਉਸ ਵਿੱਚ ਸਫਲਤਾ ਨਹੀਂ ਮਿਲ ਰਹੀ ਹੈ ਤਾਂ ਉਸਨੂੰ ਛੱਡਣਾ ਨਹੀਂ ਚਾਹੀਦਾ, ਸਗੋਂ ਇਹ ਦੇਖਣਾ ਚਾਹੀਦਾ ਹੈ ਕਿ ਤੁਹਾਡੇ ਵੱਲੋਂ ਕੀਤੇ ਹੋਏ ਉਸ ਕੰਮ ਵਿੱਚ ਕਮੀ ਕਿੱਥੇ ਹੈ। ਅਖੀਰ ਤੁਹਾਨੂੰ ਇੱਕ ਨਾ ਇੱਕ ਦਿਨ ਸਫਲਤਾ ਜ਼ਰੂਰ ਮਿਲੇਗੀ। ਇਸ ਦੇ ਨਾਲ ਇਸ ਵੀਡੀਓ ਵਿੱਚ ਇੰਨਾ ਹੀ। ਇਸ ਤਰ੍ਹਾਂ ਦੀਆਂ ਹਰ ਨਵੀਆਂ ਅਪਡੇਟਸ ਨੂੰ ਸਭ ਤੋਂ ਪਹਿਲਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਘੰਟੀ ਵਾਲੇ ਬਟਨ ਨੂੰ ਦਬਾਉਣਾ ਨਾ ਭੁੱਲਣਾ। ਤੁਹਾਡਾ ਦਿਨ ਸ਼ੁਭ ਰਹੇ, ਧੰਨਵਾਦ।